ਕੁੱਲ ਪੰਜਾਬ ਦੇ ਉਹਨਾਂ ਲਾਚਾਰ ਨੌਜਵਾਨਾਂ ਦੀ ਗੱਲ ਕਰਦੇ ਹਾਂ ਜਿਹੜੇ ਕਿ ਲਿਬੀਆ ਦੇ ਵਿੱਚ ਫਸੇ ਹੋਏ ਨੇ। ਸ਼੍ਰੀ ਅਨੰਦਪੁਰ ਸਾਹਿਬ ਨੇੜਲੇ ਪਿੰਡ ਲੰਗਮਜਾਰੀ ਦੇ 5 ਨੌਜਵਾਨਾਂ ਸਮੇਤ ਕੁੱਲ 12 ਨੌਜਵਾਨ ਇੱਕ 에ਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋ ਕੇ ਲਿਬੀਆ ਵਿੱਚ ਨਰਕ ਭਰੀ ਜ਼ਿੰਦਗੀ ਜਿਉ ਰਹੇ ਨੇ। ਪੀੜਤ ਨੌਜਵਾਨਾਂ ਦੇ ਪਰਿਵਾਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਮਦਦ ਦੀ ਅਪੀਲ ਕੀਤੀ। ਕਾਲੇ ਸਾਰੇ ਪੀੜਤ ਪਰਿਵਾਰ ਇਕੱਠੇ ਹੋਏ ਮੀਡੀਆ ਨੂੰ ਸੱਦਿਆ ਤੇ ਦੱਸਿਆ ਕਿ ਦਿੱਲੀ ਦੇ ਇੱਕ ਟ੍ਰੈਵਲ ਏਜੰਟ ਨੇ ਧੋਖੇ ਨਾਲ ਉਹਨਾਂ ਦੇ ਪੁੱਤਰਾਂ ਨੂੰ ਲਿਬੀਆ ਭੇਜਣ ਦੇ ਲਈ ਫਸਾਇਆ ਪੈਸੇ ਲੁੱਟੇ ਪਰ ਹੁਣ ਉੱਥੇ ਉਹ ਠੱਗੀ ਦਾ ਸ਼ਿਕਾਰ ਹੋ ਕੇ ਬੇਬਸ ਹੋ ਕੇ ਰਹਿ ਗਏ ਨੇ ਪਰਿਵਾਰਾਂ ਨੇ ਇਸ ਮੌਕੇ ਨੌਜਵਾਨਾ ਨਾਲ ਫੋਨ ਤੇ ਵੀ ਗੱਲਬਾਤ ਕੀਤੀ ਨੌਜਵਾਨਾ ਨੇ ਦੁੱਖ ਭਰੀ ਹੱਡ ਵੀ ਸੁਣਾਈ ਤੇ ਸੂਬਾ ਤੇ ਕੇਂਦਰ ਸਰਕਾਰਾਂ ਤੋਂ ਉਹਨਾਂ ਨੂੰ ਭਾਰਤ ਵਾਪਸ ਲਿਆਉਣ ਦੀ ਅਪੀਲ ਵੀ ਕੀਤੀ ਇਸ ਮਸਲੇ ਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਚ ਆ ਚੁੱਕਿਆ ਹੈ ਸਰਕਾਰ ਪੂਰੀ ਮੁਸਤੈਦਗੀ ਦੇ ਨਾਲ ਇਹਨਾਂ ਪੀੜਤ ਨੌਜਵਾਨਾਂ ਨੂੰ ਵਾਪਸ ਲਿਆਉਣ ਦੇ ਯਤਨ ਕਰ ਰਹੀ ਹੈ ਚਾਰ ਦੀ ਵਾਪਸੀ ਦੀ ਟਿਕਟ ਕਹਿੰਦੇ ਕਰਵਾ ਦਿੱਤੀ ਗਈ ਹੈ ਛੇਤੀ ਹੀ ਬਾਕੀ ਨੌਜਵਾਨ ਵੀ ਪੰਜਾਬ ਪਹੁੰਚਣਗੇ ਇਸੇ ਤਰ੍ਹਾਂ ਦੁਬਈ ਤੇ ਮਸਕਟ ਦੇ ਵਿੱਚ 4 ਮਹੀਨੇ ਬੰਦੀ ਬਣਾਏ ਰੱਖਣ ਤੋਂ ਬਾਅਦ ਪੰਜਾਬ ਪਰਤੀ ਮਲ ਅਸਾ ਕੀਤਾ ਕਿ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਸੀ ਸਰੀਰਕ ਸੋਸ਼ਣ ਵੀ ਕੀਤਾ ਜਾਂਦਾ ਸੀ ਉਹਨੇ ਦੱਸਿਆ ਕਿ ਜਿੱਥੇ ਉਸ ਨੂੰ ਬੰਦਕ ਬਣਾ ਕੇ ਰੱਖਿਆ ਗਿਆ ਸੀ ਉੱਥੇ 20-25 ਹੋਰ ਲੜਕੀਆਂ ਵੀ ਬੰਦਕ ਨੇ ਇਹਨਾਂ ਵਿੱਚ ਪੰਜਾਬ ਦੀਆਂ ਕੁੜੀਆਂ ਵੀ ਸ਼ਾਮਲ ਨੇ ਪੀੜਤ ਧੀ ਗਰੀਬੀ ਕਰਕੇ ਕਰਜ਼ਾ ਚੁੱਕ ਕੇ ਵਿਦੇਸ਼ ਗਈ ਸੀ ਦੁਬਈ 'ਚ ਘਰ ਦਾ ਕੰਮ ਕਰਨ ਦੀ ਗੱਲ ਕਹਿ ਕੇ ਭੇਜਿਆ ਗਿਆ ਸੀ ਪਰ ਉੱਥੇ ਬਹੁਤ ਹੀ ਬੁਰਾ ਵਿਵਹਾਰ ਕੀਤਾ ਗਿਆ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਨੇੜੇ ਪਿਛਲੇ ਕਰੀਬ 12 ਦਿਨਾਂ ਤੋਂ ਧਰਨੇ ਤੇ ਬੈਠੇ ਢਾਲਚੰਦ ਪਵਾਰ ਨੂੰ ਜ਼ਬਰਦਸਤੀ ਇੱਥੋਂ ਚੁੱਕ ਦਿੱਤਾ ਗਿਆ ਹੈ ਫਰੀਦਕੋਟ ਦੇ ਜੈਤੂ ਸ਼ਹਿਰ ਦਾ ਰਹਿਣ ਵਾਲਾ ਪਵਾਰ ਆਪਣੀ ਆਂਗਣਵਾੜੀ ਹੈਲਪਰ ਪਤਨੀ ਦੀ ਮੌਤ ਤੋਂ ਬਾਅਦ ਤਰਸਦੇ ਆਧਾਰ ਤੇ ਆਪਣੀ ਧੀ ਦੀ ਧੀ ਦੇ ਲਈ ਨੌਕਰੀ ਦੀ ਮੰਗ ਲਈ ਇੱਥੇ ਰੋਸ ਧਰਨੇ ਤੇ ਇਕੱਲਾ ਹੀ ਬੈਠਾ ਸੀ ਪਰ ਕੱਲ ਜ਼ਬਰਦਸਤੀ ਸਥਾਨਕ ਪੁਲਿਸ ਨੇ ਉਸ ਨੂੰ ਚੁੱਕ ਲਿਆ ਪਹਿਲਾਂ ਥਾਣੇ ਲੈ ਗਏ ਤੇ ਸ਼ਾਮ ਨੂੰ ਧੂਰੀ ਰੇਲਵੇ ਸਟੇਸ਼ਨ ਤੋਂ ਬਠਿੰਡੇ ਵਾਲੀ ਰੇਲ ਚੜਾ ਕੇ ਵਾਪਸ ਭੇਜ ਦਿੱਤਾ ਦਾਲਚੰਦ ਪਵਾਰ ਨੇ ਦੱਸਿਆ ਕਿ 24 ਜਨਵਰੀ ਤੋਂ ਉਹ ਮੁੱਖ ਮੰਤਰੀ ਦੀ ਕੋਠੀ ਦੇ ਨੇੜੇ ਕੌਮੀ ਮਾਰਗ ਦੇ ਪੁਲ ਹੇਠਾਂ ਮੈਂ ਤੇ ਸਮੇਂ ਲਈ ਇਕੱਲਾ ਹੀ ਤਰਨੇ ਤੇ ਬੈਠਾ ਸੀ ਪਰ ਕਿਸੇ ਨੇ ਵੀ ਸਾਰ ਨਹੀਂ ਲੇ ਕੱਲ ਸਵੇਰੇ ਕਰੀਬ 8 ਵਜੇ ਉਸਨੇ ਆਪਣਾ ਧਰਨਾ ਮੁੱਖ ਮੰਤਰੀ ਦੀ ਰਿਹائش ਵਾਲੀ ਕਲੋਨੀ ਦੇ ਮੁੱਖ ਗੇਟ ਦੇ ਮੂਹਰੇ ਤਬਦੀਲ ਕਰ ਦਿੱਤਾ ਸੀ ਤਾਂ ਪੁਲਿਸ ਨੂੰ ਹਜ਼ਮ ਨਹੀਂ ਆਇਆ ਤੇ ਛੇਤੀ ਉਸਨੂੰ ਉੱਥੋਂ ਚੁੱਕ ਕੇ ਵਾਪਸ ਘਰੇ ਭੇਜ ਦਿੱਤਾ ਜਦਕਿ ਪੁਲਿਸ ਨੇ ਕਿਹਾ ਕਿ ਉਸਨੂੰ ਜ਼ਬਰਦਸਤੀ ਧਰਨੇ ਤੋਂ ਨਹੀਂ ਚੁੱਕਿਆ ਗਿਆ ਉਹ ਸਹਿਮਤੀ ਦੇ ਨਾਲ ਆਪਣੇ ਘਰ ਗਿਆ ਹੈ ਕਿਉਂਕਿ ਉਸਨੇ ਆਪਣੀ ਮੰਗ ਸਰਕਾਰ ਤੱਕ ਪਹੁੰਚਾ ਦਿੱਤੀ ਹੈ ਉਤਰਾਖੰਡ ਦੇ ਜੋਸ਼ੀ ਮੱਠ ਅਤੇ ਹਿਮਾਚਲ ਪ੍ਰਦੇਸ਼ ਦੇ ਇੱਕ ਇਲਾਕੇ ਦੇ ਵਿੱਚ ਤਰੇੜਾਂ ਆਉਣ ਤੋਂ ਬਾਅਦ ਹੁਣ ਹਰਿਆਣਾ ਦੇ ਮੋਰਨੀ ਦੇ ਵਿੱਚ ਵੀ ਮਕਾਨਾਂ 'ਚ ਤਰੇੜਾਂ ਆ ਗਈਆਂ ਨੇ ਮੋਰਨੀ ਇਲਾਕੇ ਦੇ ਪਿੰਡ ਥਾਣਾ ਦੇ ਵਿੱਚ ਢਿੱਗਾਂ ਡਿਗਣ ਕਰਕੇ ਕੁਝ ਮਕਾਨਾਂ ਦੇ ਵਿੱਚ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਇਸ ਪਿੰਡ ਨੇੜੇ ਪਹਿਲਾਂ ਵੀ ਕਈ ਵਾਰੀ ਸੜਕਾਂ ਤਸ ਚੁੱਕੀਆਂ ਨੇ ਵਿਭਾਗ ਨੇ ਆਵਾਜਾਈ ਨੂੰ ਦੂਸਰੇ ਪਾਸੇ ਚਲਾ ਕੇ ਲੋਕਾਂ ਨੂੰ ਕੁਝ ਰਾਹਤ ਤਾਂ ਦਿੱਤੀ ਪਰ ਹੁਣ ਘਰਾਂ ਦੇ ਵਿੱਚ ਪੈ ਰੀਆਂ ਤਰੇੜਾਂ ਤੋਂ ਲੋਕ ਪਰੇਸ਼ਾਨ ਨੇ ਪ੍ਰਸ਼ਾਸਨ ਇਹਨਾਂ ਤਰੇੜਾਂ ਦਾ ਜਾਇਜ਼ਾ ਲੈਣ ਦੇ ਲਈ ਪਹੁੰਚਿਆ ਤੇ ਕੱਲ ਆਪਾਂ ਖਬਰਾਂ ਪੜੀਆਂ ਸੀ ਕਿ ਜੰਮੂ ਕਸ਼ਮੀਰ ਦੇ ਡੋਡਾ ਦੇ ਵਿੱਚ 20 ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਪਰ ਜੰਮੂ ਦੇ ਉਪ ਰਾਜਪਾਲ ਮਨੋਜ ਸਿੰਘਾ ਨੇ ਕਿਹਾ ਕਿ ਜੰਮੂ ਕਸ਼ਮੀਰ ਪ੍ਰਸ਼ਾਸਨ ਡੋਡਾ ਦੇ ਵਿੱਚ ਦੋ ਦਰਜਨੇ ਇਮਾਰਤਾਂ ਤੇ ਪੈ ਰੀਆਂ ਤਰੇੜਾਂ ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਤੇ ਡੋਡਾ ਦੇ ਵਿੱਚ ਜੋਸ਼ੀ ਮਠ ਵਰਗੇ ਹਾਲਾਤ ਨਹੀਂ ਹਨ ਇਧਰ ਹਰਿਆਣਾ ਦੇ ਵਿੱਚ ਵੀ ਅਮੋਰਨੀ ਪ੍ਰਸ਼ਾਸਨ ਨੇ ਪਿੰਡ ਵਾਸੀਆਂ ਨੂੰ ਹਰ ਸੰਭਵ ਮਦਦ ਦੇਣ ਦਾ ਪ੍ਰੋਸਾ ਦਿੱਤਾ ਹੈ